ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖ ਹੋ ਸਰਣਾਈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਪਤਿਤ ਪਾਵਨ ਮਾਧੋ ਬਿਰਦ ਤੇਰਾ ਤਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਪਤਿਤ ਪਾਵਨ ਮਾਧੋ ਬਿਰਦ ਤੇਰਾ ਤਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰਾ ਮਾਥੈ ਲਾਗੀ ਲੇ ਧੂਰ ਗੋਬਿੰਦ ਚਰਣਨ ਕੀ ਸੁਰ ਨਰ ਮੁਨ ਜਨ ਤਿੰਨਹੂੰ ਤੇ ਦੂਰ ਰਹਾਉ ਦੀਨ ਕਾ ਦਿਆਲੁ ਮਾਧੋ ਗਰਭ ਪਰ ਹਰੀ ਚਰਣ ਸਰਣ ਨਾਮਾ ਬਲ ਤਿਹਾਰੀ ਦੀਨ ਕਾ ਦਿਆਲੁ ਮਾਧੋ ਗਰਭ ਪਰ ਹਰੀ ਚਰਣ ਸਰਣ ਨਾਮਾ ਬਲ ਤਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਕਿਰਪਾਲੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਇਹ ਪਾਵਨ ਫੁਰਮਾਨ ਅੱਜ ਦੇ ਹੁਕਮਨਾਮੇ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ। ਤਨਾਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਦੋ ਪਦਿਆਂ ਦਾ ਸ਼ਬਦ ਹੈ। ਔਰ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਇਹ ਕਹਿੰਦੇ ਨੇ ਵੀ ਹੇ ਮਾਧੋ, ਮਾਧੋ ਸ਼ਬਦ ਪਰਮਾਤਮਾ ਵਾਸਤੇ ਹੈ, ਤੇਰਾ ਬਿਰਧ ਜਿਹੜਾ ਨਾ ਉਹ ਪਤਿਤਾਂ ਨੂੰ ਪਾਵਨ ਕਰ ਦੇਣ ਵਾਲਾ। ਮਾਧੋ ਸ਼ਬਦ ਬੇਸਿਕਲੀ ਸ਼੍ਰੀ ਕ੍ਰਿਸ਼ਨ ਜੀ ਦੇ ਵਾਸਤੇ ਵੀ ਵਰਤਿਆ ਜਾਂਦਾ, ਮਾਧੋ ਜਾਂ ਗੋਬਿੰਦ। ਮਹਾਰਾਸ਼ਟਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਬਹੁਤ ਪੂਜਾ ਹੁੰਦੀ ਹੈ, ਤਾਂ ਭਗਤ ਨਾਮਦੇਵ ਜੀ ਕਿਉਂਕਿ ਮਹਾਰਾਸ਼ਟਰ ਦੇ ਨੇ ਤਾਂ ਇਸ ਕਰਕੇ ਜਿਹੜੇ ਪ੍ਰਚਲਿਤ ਸ਼ਬਦ ਨੇ ਉੱਥੋਂ ਦੇ
ਸੁਭਾਵਿਕ ਕੀ ਹੈ ਵੀ ਉਹ ਬੋਲੀ ਦੇ ਵਿੱਚ ਆਉਣੇ ਸਹਿਜ ਹੀ ਸਨ। ਗੁਰਬਾਣੀ ਦੇ ਵਿੱਚ ਵੀ ਮਾਧੋ ਸ਼ਬਦ ਗੁਰੂ ਸਾਹਿਬ ਜੀ ਨੇ ਵੀ ਵਰਤਿਆ ਔਰ ਉਸ ਸ਼ਬਦ ਦੇ ਨਾਲ ਫਿਰ ਇਸ ਗੱਲ ਦਾ ਕਨਫਰਮੇਸ਼ਨ ਹੋ ਜਾਂਦੀ ਹੈ ਸਾਨੂੰ ਵੀ ਉਹ ਸ਼ਬਦ ਜਿਹੜਾ ਪਰਮਾਤਮਾ ਵਾਸਤੇ ਹੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਰਹਿਰਾਸ ਸਾਹਿਬ ਜੀ ਦੇ ਵਿੱਚ ਅਸੀਂ ਸਾਰੇ ਇਹ ਰੋਜ਼ ਸ਼ਬਦ ਪੜ੍ਹਦੇ ਹਾਂ। ਮਾਧਵੇ ਕਿਆ ਕਹੀ ਹੈ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਗੁਰਬਾਣੀ 'ਚ ਐਵੇਂ ਕਈ ਜਗ੍ਹਾ 'ਤੇ ਮਾਧੋ, ਮਾਧਵ ਜਾਂ ਮਾਧਵੇ ਸ਼ਬਦ ਆਇਆ। ਤੋ ਇਸ ਇੱਥੇ ਭਗਤ ਜੀ ਕਹਿੰਦੇ ਨੇ ਪਤਿਤ ਪਾਵਨ ਮਾਧੋ ਬਿਰਧ ਤੇਰਾ, ਤੋ ਇਹਦਾ ਮਤਲਬ ਵੀ ਪਰਮਾਤਮਾ ਦੀ ਗੱਲ ਹੋ ਰਹੀ ਵੀ ਹੇ ਅਕਾਲ ਪੁਰਖ ਤੇਰਾ ਜਿਹੜਾ ਬਿਰਧ ਹੈ, ਬਿਰਧ ਹੁੰਦਾ ਹੈ ਸੁਭਾਅ, ਸੁਭਾਅ ਦੀ ਇੱਕ ਖਾਸੀਅਤ ਹੈ। ਔਰ ਪਰਮਾਤਮਾ ਦੇ ਸੁਭਾਅ ਦੇ ਵਿੱਚ ਪਤਿਤਾਂ ਨੂੰ ਪਾਵਨ ਕਰ ਦੇਣ ਦਾ ਇੱਕ ਗੁਣ ਸਹਿਜ ਰੂਪ 'ਚ ਮੌਜੂਦ ਹੈ ਜਿਹੜਾ ਹੋਰ ਕਿਤੇ ਨਹੀਂ ਲੱਭਦਾ। ਹੋਰ ਜਦੋਂ ਵੀ ਕੋਈ ਮਾਫੀ ਦਿੰਦਾ ਉਹ ਕੰਡੀਸ਼ਨਲ ਹੁੰਦੀ ਹੈ। ਕੰਡੀਸ਼ਨਲ ਕੀ ਵੀ ਐਵੇਂ ਹੁਣ ਆ ਨਾ ਕਰੀ, ਇੱਦਾਂ ਆ ਉਹਦੀ ਸਜ਼ਾ ਦੇ ਦੇਣਗੇ ਜਾਂ ਕੋਈ ਵਾਰਨਿੰਗ ਦੇ ਕੇ ਛੱਡਣਗੇ। ਪਰਮਾਤਮਾ ਸਾਡੇ ਔਗੁਣਾਂ ਦੀ ਪਰਵਾਰ ਨੂੰ ਵੇਖ ਕੇ, ਸਾਡੇ ਜੀਵਨ ਦੀ ਕਰਮ ਦੀ ਮੈਲ ਨੂੰ ਜਾਣ ਕੇ ਵੀ ਉਹ ਫਿਰ ਵੀ ਇਹ ਰਹਿਮਤ ਕਰਨ ਦੀ ਸਮਰੱਥਾ ਰੱਖਦਾ ਵੀ ਮਨੁੱਖ ਦਾ ਕੋਈ ਗੁਣ ਔਗੁਣ ਨਹੀਂ ਵਿਚਾਰਦਾ ਜਦੋਂ ਉਹਨੂੰ ਆਪਣੇ ਨਾਲ ਜੋੜਦਾ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਬੌਧਿਕ ਤਲ 'ਤੇ ਨਾ ਅਸੀਂ ਬੜੇ ਚਲਾਕ ਹਾਂ, ਦੁਨੀਆਦਾਰ ਜਿਹੜੇ ਲੋਕ ਹਨ ਅਸੀਂ ਆਉਂਦੇ ਹਾਂ ਵੀ ਜਦੋਂ ਗੁਰਬਾਣੀ 'ਚ ਸੁਣੀਏ ਨਾ ਅਸੀਂ ਆਉਂਦੇ ਵੀ ਚਲੋ ਜਿਵੇਂ ਮਹਾਰਾਜ ਨੇ ਕਿਹਾ ਹੀ ਇਹ ਵੀ ਜਦੋਂ ਉਹਦਾ ਬਿਰਧ ਹੋਊਗਾ ਆਪੇ ਉਹ ਸਾਨੂੰ ਬੌੜ ਦੀ ਕਰ ਦੇਗਾ ਸਾਡੀ, ਅਤੇ ਇਸ ਕਰਕੇ ਲੱਗੇ ਰਹੋ, ਪੁੱਠੇ ਪਾਸੇ ਤੁਰੇ ਰਹੋ, ਆਪਾਂ ਨੂੰ ਕੀ ਫਰਕ ਪੈਣਾ। ਪਰ ਜਦੋਂ ਅਸੀਂ ਪਤਿਤਾਂ ਨੂੰ ਵੇਖਾਂਗੇ ਵੀ ਜਿਹੜੇ ਪਤਿਤ ਪਾਵਨ ਹੋ ਗਏ ਉਹ ਕੌਣ ਸਨ, ਗੁਰਬਾਣੀ 'ਚ ਪ੍ਰਮਾਣ ਹੈ ਅਜਾਮਲ ਦਾ ਹੈ, ਗਨਿਕਾ ਦਾ ਹੈ, ਇਹ ਦੋਵੇਂ ਹੀ ਆਪਣੇ ਫੀਲਡ ਦੇ ਵਿੱਚ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹਨਾਂ ਦਾ ਜ਼ਿਕਰ ਕੀਤਾ, ਨੌਵੇਂ ਪਾਤਸ਼ਾਹ ਵੀ ਜ਼ਿਕਰ ਕਰਦੇ ਨੇ ਇਸ ਚੀਜ਼ ਦਾ। ਅਜਾਮਲ ਪੰਡਿਤ ਸੀ ਚੋਟੀ ਦਾ, ਵਧੀਆ, ਪਰ ਉਹ ਚਰਿੱਤਰ ਤੋਂ ਡਿੱਗ ਗਿਆ, ਵੈਸ਼ਿਆ ਨਾਲ ਵਿਆਹ ਕਰਾ ਲਿਆ ਉਹਨੇ ਔਰ ਆਪਣਾ ਸਾਰੀ ਪੰਡਤਾਈ ਭੁੱਲ ਗਿਆ, ਅਧਿਆਤਮ ਵਾਲਾ ਜੀਵਨ ਛੱਡ ਦਿੱਤਾ। ਪਰ ਉਹਨੇ ਉਹਨੂੰ ਇੱਕ ਲੰਮਾ ਸਮਾਂ ਜੀਵਿਆ ਉਸ ਜੀਵਨ ਨੂੰ, ਉਹਦੇ 'ਚ ਉਹਦੇ ਬੱਚੇ ਵੀ ਹੋਏ, ਵਾਸਨਾਵਾਂ ਵਾਲੇ ਪਾਸੇ ਮਨ ਚਲਾ ਗਿਆ। ਇੱਕ ਸਮੇਂ ਜਾ ਕੇ ਉਹਨੂੰ ਇਹ ਅਨੁਭਵ ਹੋਇਆ ਮਨ 'ਚ, ਪਤਾ ਲੱਗਿਆ ਵੀ ਇਹ ਰਾਹ ਖੁਆਰੀ ਵਾਲਾ ਹੈ। ਉਹਦੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਸੀ ਨਾਰਾਇਣ। ਤੋ ਗੁਰਬਾਣੀ 'ਚ ਮਹਾਰਾਜ ਜੀ ਦੇ ਨਾ ਇੱਕ ਪ੍ਰਮਾਣ ਹੈ, ਅੰਤਕਾਲ ਅਜਾਮਲ ਕੋ ਨਾਰਾਇਣ ਸੁੱਧ ਆਈ। ਜਿਵੇਂ ਆਪਾਂ ਵੀ ਆਪਣੇ ਜਵਾਕਾਂ ਦੇ ਨਾਂ ਰੱਖੇ ਹੁੰਦੇ ਨੇ ਨਾ ਬੱਚਿਆਂ ਦੇ, ਕਈਆਂ ਨੇ ਨਾਨਕ ਰੱਖਿਆ, ਕਿਸੇ ਨੇ ਗੋਬਿੰਦ ਰੱਖਿਆ, ਕਿਸੇ ਨੇ ਅੰਗਦ ਰੱਖਿਆ, ਕਿਸੇ ਨੇ ਅਮਰ ਰੱਖਿਆ,
ਗੁਰੂ ਸਾਹਿਬਾਨ ਜੀ ਦੇ ਨਾਮ ਆਪਾਂ ਰੱਖਦੇ ਹਾਂ, ਖਾਲਸਾਈ ਜੀਵਨ ਦੇ ਵਿੱਚੋਂ ਕਈ ਨਾਮ ਰੱਖਦੇ ਨੇ, ਗੁਰਬਾਣੀ 'ਚੋਂ ਰੱਖਦੇ ਨੇ, ਬਾਣੀ ਰੱਖ ਲਿਆ, ਸੁਖਮਨੀ ਰੱਖ ਲਿਆ, ਐਵੇਂ ਨਾਂ ਰੱਖਦੇ ਨੇ। ਪਰ ਸਾਡੇ ਜਦੋਂ ਆਪਾਂ ਦੁਨਿਆਵੀ ਤੌਰ 'ਤੇ ਆਪਣੇ ਆਪ ਨੂੰ ਵੇਖੀਏ ਵੀ ਅਸੀਂ ਜਿਨ੍ਹਾਂ ਜਿਨ੍ਹਾਂ ਨੇ ਨਾਂ ਰੱਖੇ ਗੁਰੂ ਦੇ ਵਿੱਚ ਗੁਰਬਾਣੀ 'ਚੋਂ, ਕਿਸੇ ਦੇ ਜੀਵਨ ਦੇ ਵਿੱਚ ਉਸ ਨਾਮ ਵੱਲ ਨੂੰ ਧਿਆਨ ਜੁੜ ਗਿਆ, ਕਿਸੇ ਦਾ ਜੀਵਨ ਨਾਨਕ ਵਰਗਾ ਹੋ ਗਿਆ, ਕਿਸੇ ਦਾ ਜੀਵਨ ਗੁਰੂ ਅੰਗਦ ਦੇਵ ਮਹਾਰਾਜ ਜੀ ਵਰਗਾ ਹੋ ਗਿਆ, ਜੇ ਗੋਬਿੰਦ ਨਾਂ ਰੱਖਿਆ ਕਿ ਕਿਸੇ ਦਾ ਜੀਵਨ ਗੋਬਿੰਦ ਵਰਗਾ ਹੋ ਗਿਆ। ਪਰ ਅਜਾਮਲ ਦੀ ਇਹ ਗੱਲ ਸੀ, ਉਹਦੇ ਪੁੱਤਰ ਦਾ ਨਾਂ ਨਾਰਾਇਣ ਸੀ ਔਰ ਪਹਿਲਾਂ ਵੀ ਪੰਡਿਤ ਸੀ, ਉਹ ਨਾਰਾਇਣ ਨਾਰਾਇਣ ਕਰਦਾ ਸੀ, ਜਪਦਾ ਸੀ, ਨਾਰਾਇਣ ਪਰਮਾਤਮਾ ਦਾ ਹੀ ਨਾਮ। ਉਹਨੂੰ ਅੰਤ ਕਾਲ ਇਸ ਗੱਲ ਦਾ ਅਨੁਭਵ ਹੋ ਗਿਆ ਵੀ ਨਾਰਾਇਣ ਜਿਹੜਾ ਉਹ ਘੱਟ ਘੱਟ ਦੇ ਵਿੱਚ ਜਿਹੜਾ ਵਿਰਾਜਮਾਨ ਹੈ, ਜਿਹੜਾ ਘੱਟ ਘੱਟ ਦੇ ਵਿੱਚ ਵਸਦਾ, ਉਹ ਪ੍ਰਭੂ ਹੈ ਔਰ ਉਹਦੀ ਸੁਰਤੀ ਉੱਥੇ ਜੁੜ ਗਈ, ਉਹ ਤਰ ਗਿਆ। ਗਨਕਾ ਜਿਹੜੀ ਸੀ ਉਹ ਆਪਣੇ ਸਮੇਂ ਦੀ ਚੋਟੀ ਦੀ ਵੈਸ਼ਿਆ ਸੀ, ਵੱਡੇ ਵੱਡੇ ਲੋਕਾਂ ਦੇ ਨਾਲ ਉਹਦਾ ਸੰਬੰਧ ਸੀ, ਪਰ ਇੱਕ ਵਾਰੀ ਉਹ ਬਹੁਤ ਬੇਚੈਨ ਰਹੀ, ਕੋਈ ਉਹਨੂੰ ਮਿਲਿਆ ਨਹੀਂ ਵਾਸਨਾਵਾਂ ਵਾਸਤੇ। ਉਦੋਂ ਉਹਦੇ ਮਨ 'ਚ ਵੀ ਸੱਟ ਵੱਜੀ ਵੀ ਜਿਸ ਕੰਮ ਵਾਸਤੇ ਮੈਂ ਇੰਨਾ ਦੁਖੀ ਹੁੰਦੀ ਰਹਿੰਦੀ ਹਾਂ ਵੀ ਇਹਦੇ ਤੋਂ ਸਿਵਾ ਵੀ ਕੋਈ ਸੰਸਾਰ ਹੈਗਾ, ਕੋਈ ਵੱਖਰੀ ਦੁਨੀਆ ਹੋਏਗੀ। ਮਨੁੱਖ ਹਮੇਸ਼ਾ ਅੱਤ 'ਤੇ ਜਾ ਕੇ ਦੇਵਤਾ ਹੋਣ ਦੀ, ਰੱਬ ਹੋਣ ਦੀ ਸਮਰੱਥਾ ਦਾ ਧਾਰਨੀ ਹੋ ਜਾਂਦਾ ਵੀ ਜਦੋਂ ਕਿਸੇ ਵੀ ਚੀਜ਼ ਦੀ ਅੱਤ ਹੋ ਜੇ, ਅਗਿਆਨਤਾ ਦੀ, ਵਾਸਨਾਵਾਂ ਦੀ, ਬੁਰਾਈ ਦੀ, ਉਦੋਂ ਮਨੁੱਖ ਕੋਲ ਇੱਕ ਦੋ ਹੀ ਚਾਂਸ ਹੁੰਦੇ ਨੇ, ਬਸ ਉਹ ਸ਼ਿਖਰ ਹੈ, ਉੱਥੋਂ ਉਹ ਰੱਬ ਵੀ ਹੋ ਸਕਦਾ, ਉੱਥੋਂ ਡਿੱਗਿਆ ਉਹ ਫਿਰ ਬੇਅੰਤ ਜੋਨੀਆਂ ਦੇ ਵਿੱਚ ਧੱਕੇ ਵੀ ਖਾ ਸਕਦਾ। ਪਰ ਉਹਨੂੰ ਉੱਥੇ ਜਾ ਕੇ ਉਹ ਚੀਜ਼ ਐਕਸਪੀਰੀਅੰਸ ਜ਼ਰੂਰ ਕਰਾਉਂਦੀ ਹੈ ਵੀ ਇਸ ਤੋਂ ਵੱਖਰੀ ਵੀ ਕੋਈ ਦੁਨੀਆ, ਇਹ ਕੁਐਸਚਨ ਆ ਜਾਂਦਾ। ਜੇ ਕਿਸੇ ਦੇ ਅੰਦਰ ਇਹ ਕੁਐਸਚਨ ਪੋਜ਼ੀਟਿਵਲੀ ਪ੍ਰਗਟ ਹੋ ਜਾਏ, ਉਹ ਬੰਦਾ ਸਾਧ ਹੋ ਜਾਂਦਾ ਕਿੰਨਾ ਮਰਜ਼ੀ ਮਲੀਨ ਹੋਵੇ। ਔਰ ਪਰਮਾਤਮਾ ਫਿਰ ਉਹਦੀ ਮਲੀਨਤਾ ਨੂੰ ਨਹੀਂ ਵੇਂਦਾ ਵੀ ਇਹ ਮੈਲਾ ਕਿੰਨਾ ਸੀ। ਗੁਰਬਾਣੀ 'ਚ ਕੀ ਸ਼ਬਦ ਨੇ, ਅਰਦਾਸ ਰੂਪ 'ਚ ਸਿੱਖ ਵੀ ਕਹਿੰਦੇ ਨੇ, ਸੱਚੇ ਪਾਤਸ਼ਾਹ ਮੇਰਾ ਗੁਣ ਔਗੁਣ ਨਾ ਵਿਚਾਰੋ ਕੋਈ, ਵੀ ਸਾਡੀ ਗਿਣਤੀ ਮਿਣਤੀ ਨਾ ਕਰੀ। ਮਨੁੱਖ ਵੈਸੇ ਮਨੁੱਖ ਦਾ ਸੁਭਾਅ ਹੈ ਜੀ, ਇਹ ਆਪਣੇ ਗੁਣਾਂ ਨੂੰ ਹਮੇਸ਼ਾ ਧਿਆਨ 'ਚ ਰੱਖਦਾ, ਔਰ ਜਦੋਂ ਇਹ ਦਾਅਵੇਦਾਰੀ ਕਰਦਾ ਦੁਨਿਆਵੀ ਤੌਰ 'ਤੇ ਆਪਣੇ ਗੁਣ ਗਿਣਾਉਂਦਾ, ਅਤੇ ਦੂਜਿਆਂ ਨੂੰ ਵੀ ਉਹ ਇਹ ਕਹਿੰਦਾ, ਆਪਣੀ ਇੱਕ ਪਾਰਟੀ ਬਣਾਈ ਹੁੰਦੀ ਹੈ ਨਾ ਉਹ ਵੀ ਤੁਸੀਂ ਮੇਰੇ ਇਹਨਾਂ ਗੁਣਾਂ ਦਾ ਗਾਇਨ ਕਰੋ ਤਾਂ ਕਿ ਮੈਨੂੰ ਇਹ ਓਪਰਚੁਨਿਟੀ ਮਿਲੇ, ਔਗੁਣਾਂ ਨੂੰ ਦਬਾ ਕੇ ਰੱਖਦਾ। ਪਰਮਾਤਮਾ ਐਸੀ ਹਸਤੀ ਹੈ, ਗੁਰੂ ਐਸੀ ਹਸਤੀ ਨੇ ਜਿਨ੍ਹਾਂ ਨੂੰ ਸਾਡੇ ਗੁਣਾਂ ਅਤੇ ਔਗੁਣਾਂ ਦਾ ਪਤਾ ਹੈ, ਪਰ ਉੱਥੇ ਗੁਣਾਂ ਦੀ ਕੋਈ ਦਾਅਵੇਦਾਰੀ ਨਹੀਂ ਚੱਲਦੀ ਵੀ ਮਹਾਰਾਜ ਮੈਂ ਇੰਨਾ ਕੁਝ ਸਿਆਣਾ ਜਾਂ ਮੈਂ ਇੰਨੇ ਚੰਗੇ ਕਰਮ ਕਰ। ਜਿਨ੍ਹਾਂ ਦਾ ਇਹ ਗੁਣਾਂ ਦੀ ਦਾਅਵੇਦਾਰੀ ਸਮਝੋ ਵੀ ਉਹਨਾਂ ਦੇ ਪੱਲੇ ਹਾਲੇ ਕੁਝ ਹੈ ਹੀ ਨਹੀਂ। ਔਗੁਣਾਂ ਵਾਲੇ ਬੰਦੇ ਤਾਂ ਸਗੋਂ ਹਾਲੇ ਕਹਿ ਦਿੰਦੇ ਨੇ ਵੀ ਅਸੀਂ ਬੁਰੇ ਹਾਂ ਜੀ, ਹੈਗੇ ਹਾਂ। ਚੋਰ ਆਪਣੇ ਆਪ ਨੂੰ ਕਈ ਵਾਰੀ ਕਹਿ ਦਿੰਦਾ ਵੀ ਮੈਂ ਚੋਰ ਹਾਂ। ਬਹੁਤੇ ਸਾਧ ਜਿਹੜੇ ਨਹੀਂ ਹੈਗੇ ਉਹ ਦਾਅਵੇਦਾਰੀ ਕਰਦੇ ਹੁੰਦੇ ਨੇ ਵੀ ਅਸੀਂ ਸਾਧ ਹੈਗੇ ਹਾਂ। ਜਿਹੜੇ ਸੁੱਚੇ ਸੱਚੇ ਨਹੀਂ ਹੁੰਦੇ ਉਹ ਕਹਿੰਦੇ ਹੁੰਦੇ ਆ ਵੀ ਅਸੀਂ ਸੱਚੇ ਸੁੱਚੇ ਹਾਂ। ਜਿਹੜੇ ਸੁੱਚੇ ਸੱਚੇ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਅਸੀਂ ਸੱਚੇ ਸੁੱਚੇ। ਤਾਂ ਖੈਰ, ਮਹਾਰਾਜ ਜੀ ਨੇ ਇਸ ਕਰਕੇ ਗੁਰਬਾਣੀ ਦੇ ਵਿੱਚ ਨਾ ਪਤਿਤ ਵਰਡ ਜਦੋਂ ਆਉਂਦਾ ਉਹਦੇ ਨਾਲ ਪਰਮਾਤਮਾ ਦੇ ਬਿਰਧ ਦਾ ਜ਼ਿਕਰ ਆਮ ਹੀ ਆਉਂਦਾ ਫਿਰ ਵੀ ਪਰਮਾਤਮਾ ਦਾ ਬਿਰਧ ਕੀ ਹੈ। ਪਤਿਤ ਹੁੰਦਾ ਵੀ ਮਹਿਲਾ, ਬਿਲਕੁਲ ਮਹਿਲਾ, ਬਿਲਕੁਲ ਰਾਹ ਤੋਂ ਥਿੜਕਿਆ ਹੋਇਆ ਮਨੁੱਖ ਵੀ ਜੇ ਕੋਈ ਸਿੱਧਾ ਰਾਹ ਜਾਂਦਾ ਉਹਦੇ ਤੋਂ ਬਿਲਕੁਲ ਪੁੱਠਾ। ਆਪਾਂ ਸਿੱਖਾਂ ਦੇ ਵਿੱਚ ਪਤਿਤ ਲਫਜ਼ ਵਰਤਿਆ ਜਾਂਦਾ ਹੈ ਜਿਨ੍ਹਾਂ ਨੇ ਸਰੂਪ ਆਪਣਾ ਵਿਗਾੜਿਆ, ਕਿਸਾਂ ਦੀ ਬੇਅਦਬੀ ਕੀਤੀ ਜਾਂ ਕਿਸੇ ਰੂਪ ਦੇ ਵਿੱਚ ਜੀਵਨ ਦੀ
ਦੂਜੀ ਦਿਸ਼ਾ ਦੇ ਵਿੱਚ ਤੁਰੇ। ਤਾਂ ਆਪਾਂ ਕਈ ਵਾਰੀ ਸੁਣਦੇ ਹੁੰਦੇ ਆਮ ਹੀ ਲਫਜ਼ ਵੀ ਇਹ ਪਤਿਤ ਸਿੱਖ ਹੈ ਜਾਂ ਪਤਿਤ ਹੋ ਗਏ। ਤਾਂ ਇਹਦਾ ਮਤਲਬ ਹੈ ਵੀ ਜਿਹੜੇ ਰਾਹ ਤੋਂ ਗੁਰੂ ਦੇ ਦੱਸੇ ਰਾਹ ਤੋਂ ਥਿੜਕ ਗਏ, ਸਾਈਡ 'ਚ ਚਲੇ ਗਏ। ਹੁਣ ਦੁਨਿਆਵੀ ਤੌਰ 'ਤੇ ਆਪਾਂ ਤਾਂ ਕਹਿ ਦਿੰਦੇ ਹਾਂ ਉਹਨਾਂ ਨੂੰ, ਗੁਰੂ ਦੀ ਨਜ਼ਰ ਦੇ ਵਿੱਚ ਉਹਨਾਂ ਨੂੰ ਬਖਸ਼ਿਸ਼ ਕਰ ਦੇਣ ਦੀ ਸਮਰੱਥਾ ਮੌਜੂਦ ਰਹਿੰਦੀ ਹੈ। ਬਸ ਆਹੀ ਆ ਗੁਰੂ ਦਾ ਅਤੇ ਪਰਮੇਸ਼ਰ ਦਾ ਬਿਰਧ ਹੈ ਜਿਹਨੂੰ ਪਤਿਤ ਪਾਵਨ ਬਿਰਧ ਕਹਿੰਦੇ। ਵੀ ਦੁਨੀਆਦਾਰੀ ਕਦੀ ਨਹੀਂ ਬਖਸ਼ਦੀ। ਬੰਦੇ ਕਿਸੇ ਨੇ ਅਪਰਾਧ ਕੀਤਾ ਹੋਏ, ਕੋਈ ਮੈਲਾ ਕਰਮ ਕੀਤਾ ਹੋਏ, ਜਦੋਂ ਲੋਕਾਂ ਨੂੰ ਪਤਾ ਲੱਗ ਜਾਏ ਸਾਰੀ ਉਮਰ ਨਹੀਂ ਤੁਹਾਡਾ ਖਹਿੜਾ ਛੱਡ ਦੇ। ਜਦੋਂ ਕਿਤੇ ਤੁਹਾਡੇ ਗੁਣ ਦੀ ਗੱਲ ਚੱਲਦੀ ਉਸੇ ਟਾਈਮ ਤੁਹਾਡਾ ਗੁਣ ਔਗੁਣ ਲਿਆ ਕੇ ਤੁਹਾਡੇ ਸਾਹਮਣੇ ਰੱਖ ਦੇਣਾ। ਪਰ ਪਰਮੇਸ਼ਰ ਦਾ ਅਤੇ ਗੁਰੂ ਦਾ ਬਿਰਧ ਕਿੱਡਾ ਕਮਾਲ ਦਾ ਸਾਧ ਸੰਗਤ ਜੀ, ਵੀ ਪਰਮਾਤਮਾ ਅਸੀਂ ਜਿੰਨੇ ਮਰਜ਼ੀ ਮੈਲੇ ਹੋਈਏ, ਜਦੋਂ ਉਹ ਬਖਸ਼ਿਸ਼ ਕਰਕੇ ਆਪਣੇ ਨਾਮ ਦੀ ਦਾਤ ਦੇ ਦੇ, ਆਪਣੇ ਜੀਵਨ ਸਾਡੀ ਗੁਣਾਂ ਦਾ ਖਜ਼ਾਨਾ ਉਸ ਜੀਵ ਦੀ ਝੋਲੀ 'ਚ ਪਾ ਦੇਵੇ, ਰੱਬ ਉਹਦਾ ਕੁਝ ਨਹੀਂ ਵਿਚਾਰਦਾ, ਨਾ ਉਹਦੀ ਜਾਤ, ਨਾ ਉਹਦਾ ਮੂਲ, ਨਾ ਉਹਦੇ ਪਿਛਲੇ ਕੀਤੇ ਕਰਮ। ਪਰ ਮਿਲਦਾ ਕਿਹਨੂੰ ਹੈ ਫਿਰ ਇਹ? ਹੁਣ ਇੱਥੇ ਗੱਲ ਇੱਥੇ ਆ ਜਾਂਦੀ ਵੀ ਫਿਰ ਕਿੰਨਾ ਕਿੰਨਾ ਨੂੰ ਮਿਲਿਆ। ਗੁਰਬਾਣੀ 'ਚ ਉਹਨਾਂ ਦਾ ਜ਼ਿਕਰ ਹੈ ਜਿਹੜੇ ਪਤਿਤ ਸਨ ਪਰ ਉਹਨਾਂ ਨੂੰ ਪਰਮਾਤਮਾ ਮਿਲ ਗਿਆ। ਹੁਣ ਜੇ ਤਾਂ ਮਨੁੱਖ ਦਾ ਜੀਵਨ ਉਸ ਸ਼ਿਖਰ 'ਤੇ ਚਲਾ ਜਾਏ ਫਿਰ ਉਹਨਾਂ ਨੂੰ ਵੀ ਮਿਲ ਜਾਏਗਾ। ਅਤੇ ਜੇ ਉਹਨੇ ਕੋਈ ਰਾਹ ਆਪਣੀ ਦਿਸ਼ਾ ਬਦਲਣੀ ਹੈ ਤਾਂ ਫਿਰ ਆਪਣੇ ਕੋਲ ਪ੍ਰਮਾਣ ਪਏ ਨੇ, ਉਸ ਰਾਹ 'ਤੇ ਜਾਣ ਦੀ ਲੋੜ ਹੀ ਨਹੀਂ। ਸਿਆਣਪ ਦੋ ਤਰ੍ਹਾਂ ਦੇ ਨਾਲ ਵਰਕ ਕਰਦੀ ਹੈ ਨਾ। ਇੱਕ ਤਾਂ ਇਹ ਹੈ ਵੀ ਜੇ ਬੁਰੇ ਕਰਮ ਲੋਕਾਂ ਨੇ ਕੀਤੇ ਉਹ ਕਿਸੇ ਸਟੇਜ 'ਤੇ ਜਾ ਕੇ ਉਹ ਬਦਲ ਗਏ, ਉਹਨਾਂ ਦੇ ਮਨ 'ਚ ਤਰਸ ਪੈਦਾ ਹੋ ਗਿਆ ਵੀ ਸੱਚੇ ਪਾਤਸ਼ਾਹ ਰਹਿਮਤ ਕਰੋ, ਆਹ ਜੀਵਨ ਤੋਂ ਮੈਂ ਤੰਗ ਆ ਗਿਆ, ਵੀ ਮੈਂ ਨਹੀਂ ਐਵੇਂ ਦਾ ਜੀਵਨ ਜਿਉਣਾ ਚਾਹੁੰਦਾ। ਅਤੇ ਪਰਮਾਤਮਾ ਬਖਸ਼ਿਸ਼ ਕਰ ਦੇਵੇ, ਉਹਦੇ 'ਤੇ ਰਹਿਮਤ ਕਰ ਦਿੰਦਾ ਵੀ ਉਹਦੀ ਝੋਲੀ 'ਚ ਉਹ ਦਾਤ ਪਾ ਦੇ। ਪਰ ਉਹਦੇ ਵਾਸਤੇ ਜਿੰਨਾ ਮਰਜ਼ੀ ਹੋਵੇ ਬੰਦਾ ਮਿਲਦਾ। ਭਗਤ ਨਾਮਦੇਵ ਜੀ ਦੀ ਹੁਣ ਛੋਟੀ ਜਿਹੀ ਗੱਲ, ਕਿਉਂਕਿ ਸ਼ਬਦ ਭਾਵ ਭਗਤ ਜੀ ਦਾ। ਮਹਾਰਾਸ਼ਟਰ ਦੇ ਵਿੱਚ ਇੱਕ ਮੰਦਿਰ ਵੀ ਹੈ, ਅੱਜ ਵੀ ਉੱਥੇ ਜਿਹੜੇ ਨੇ ਉੱਥੇ ਪੰਡਿਤ ਜਿਹੜੇ ਨੇ ਉਹ ਲੋਕਾਂ ਨੂੰ ਇਹ ਦੱਸਦੇ ਨੇ ਵੀ ਉਹ ਦੇਹਰਾ ਜਿਹੜਾ ਘੁੰਮ ਗਿਆ, ਆਪਾਂ ਸਾਰੇ ਦੇਖਦੇ। ਔਰ ਸਾਧ ਸੰਗਤ ਜੀ, ਸਿਰਫ ਅਕਲ ਦੇ ਪੱਧਰ 'ਤੇ ਜਦੋਂ ਤੁਰੋ ਨਾ, ਉਦੋਂ ਸਭ ਕੁਝ ਹੀ ਸਾਨੂੰ ਪੁੱਠਾ ਹੀ ਦਿਸਦਾ ਵੀ ਐਵੇਂ ਨਹੀਂ ਹੋ ਸਕਦਾ ਜੀ, ਆਹ ਨਹੀਂ ਹੁੰਦਾ। ਗੁਰਬਾਣੀ 'ਚ ਮਹਾਰਾਜ ਜੀ ਦੇ ਨਾ ਬੋਲ ਨੇ, ਜਲ 'ਤੇ ਥਲ ਕਰ, ਥਲ 'ਤੇ ਕੂਆਂ, ਕੂਪ 'ਤੇ ਮੇਰ ਕਰਾਵੈ, ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ, ਇਹ ਤਾਕੋ ਵਿਵਹਾਰੋ। ਰੱਬ ਕੁਝ ਵੀ ਕਰਨ ਦੀ ਸਮਰੱਥਾ ਰੱਖਦਾ। ਆਹ ਮੰਦਰ ਮੁੰਦਰ ਘੁਮਾ ਦਿੱਤਾ, ਇਹ ਤਾਂ ਕੋਈ ਵੱਡੀ ਗੱਲ ਨਹੀਂ। ਪਰਮਾਤਮਾ ਉਹਨੂੰ ਬਿਨਾਂ ਥੱਲਿਓਂ ਨੀਂਹ ਤੋਂ ਵੀ ਖਿਲਾਰ ਸਕਦਾ ਜੇ ਉਹ ਆਪਣੀ ਆਈ ਤਿਆ। ਭਗਤ ਜੀ ਦਾ ਸ਼ਬਦ ਹੈ ਇੱਕ, ਗੁਰਬਾਣੀ 'ਚ ਜਦੋਂ ਆਪਾਂ ਭਗਤਾਂ ਦੀ ਬਾਣੀ ਪੜ੍ਹਦੇ ਹਾਂ ਨਾ ਜੀ, ਭਗਤਾਂ ਦੀ ਬਾਣੀ ਦੇ ਵਿੱਚ ਬਹੁਤ ਅਸਚਰਜ ਐਕਸਪੀਰੀਅੰਸਿਸ ਨੇ ਜਿਨ੍ਹਾਂ ਦਾ ਫਿਰ ਸਾਖੀਆਂ ਦੇ ਨਾਲ ਪਿੱਛੇ ਸਮਾਨ ਆ। ਪਰ ਹਕੀਕਤ ਉਹੀ ਹੈ, ਪਰਮਾਤਮਾ ਜਦੋਂ ਆਉਂਦਾ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ, ਆਪਾਂ ਲਹਿਰਾ ਸਾਹਿਬ ਜੀ 'ਚ ਰੋਜ਼ ਨਹੀਂ ਪੜ੍ਹਦੇ, ਪਹਿਲਾ ਸ਼ਬਦ ਕੀ ਹੈ? ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ। ਜੇ ਪਰਮਾਤਮਾ ਭਗਤ ਪੈਦਾ ਕਰਦਾ, ਉਹਨਾਂ ਦੀ ਪੈਜ ਰੱਖਣ ਵਾਸਤੇ ਆਪ ਆਉਂਦਾ। ਔਰ ਇਸ ਕਰਕੇ ਭਗਤਾਂ ਜੀ ਦੀ ਬਾਣੀ ਦੇ ਵਿੱਚ ਪਰਮਾਤਮਾ ਨਾਲ ਡਾਇਰੈਕਟ ਗੱਲਬਾਤ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਇਹ ਪੰਡੀਆ ਮੋਕੋ ਢੇਡ ਕਹਿਤਾ ਹੈ। ਵੇਖੋ ਕਿੱਡੀ ਕਮਾਲ ਹੈ ਵੀ ਪਰਮਾਤਮਾ ਨਾਲ ਗੱਲ ਕਰਨੇ ਨੇ ਭਗਤ ਨਾਮਦੇਵ ਜੀ। ਕਹਿੰਦੇ ਨੇ, ਸੱਚੇ ਪਾਤਸ਼ਾਹ ਪੰਡਿਤ ਜਿਹੜੇ ਨੇ ਅਤੇ ਆਹ ਪੰਡਿਤ ਜਿਹੜੇ ਮੰਦਰਾਂ 'ਚ ਬੈਠੇ ਨੇ ਮੈਨੂੰ ਮੂਰਖ ਸਮਝਦੇ ਨੇ, ਅਤੇ ਜੇ ਮੇਰੇ ਮਰਨ ਤੋਂ ਬਾਅਦ ਹੀ ਤੂੰ ਮੈਨੂੰ ਮੁਕਤੀ ਦਿੱਤੀ ਫਿਰ ਇਹਨਾਂ ਨੂੰ ਕੀ ਪਤਾ ਲੱਗਣਾ?
ਮੂਹੇ ਹੋਏ ਜੋ ਮੁਕਤ ਦੇ ਹੋ ਕੇ ਮੁਕਤ ਨਾ ਜਾਣਾ ਕੋਇਲਾ। ਫਿਰ ਕਿਸੇ ਨੂੰ ਕੀ ਪਤਾ ਵੀ ਨਾਮਦੇਵ ਮੁਕਤ ਹੋ ਗਿਆ ਕਿ ਨਹੀਂ ਹੋ ਗਿਆ। ਆਹ ਬੈਠੇ ਹਾਂ ਅਸੀਂ ਤਾਂ ਕੰਬਲੀ ਲਈ ਆ, ਆਹ ਤੇਰੇ ਮੰਦਰ ਦੇ ਪਿਛਲੇ ਪਾਸੇ ਬੈਠੇ ਹਾਂ, ਮੈਨੂੰ ਅੰਦਰ ਤੇਰੇ ਨਹੀਂ ਆਉਣ ਦਿੰਦੇ। ਪਰਮਾਤਮਾ ਉਹਦੇ ਵੱਲੋਂ ਦਾ ਮੰਦਰ ਦਾ ਮੂੰਹ ਕਰ ਦਿੱਤਾ। ਇਹ ਬੜਾ ਅਸਚਰਜ ਜਿਹਾ ਨਹੀਂ ਫੀਲ ਹੁੰਦਾ? ਜਦੋਂ ਪੜ੍ਹਦੇ ਸੀ ਨਾ ਸਾਧ ਸੰਗਤ ਜੀ, ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਅਧਿਆਤਮ 'ਤੇ, ਭਗਤ ਬਾਣੀ 'ਤੇ ਰਿਸਰਚ ਸੱਚੇ ਪਾਤਸ਼ਾਹ ਜੀ ਨੇ ਦੇ ਦਿੱਤੀ। ਉਸ ਤੋਂ ਪਹਿਲਾਂ ਮਨ ਹੋਰ ਤਰ੍ਹਾਂ ਦਾ ਸੀ, ਦਿਮਾਗ ਹੋਰ ਤਰ੍ਹਾਂ ਸੋਚਦਾ, ਅਕਲ ਬੜੀ ਪੁੱਠੀ ਤੁਰਦੀ। ਭਗਤਾਂ ਜੀ ਦੀ ਬਾਣੀ ਦੇ ਜਦੋਂ ਉਸ ਅਭਿਆਸ 'ਚੋਂ, ਉਹ ਸਾਰਾ ਰਿਲੀਜੀਅਸ ਐਕਸਪੀਰੀਅੰਸ ਹੈ ਜਿਹਨੂੰ ਆਪਾਂ ਰਹੱਸਵਾਦ ਕਹਿੰਦੇ ਹਾਂ, ਮਿਸਟੀਸਿਜ਼ਮ। ਉਦੋਂ ਮੈਨੂੰ ਕੋਈ ਗੱਲ ਉੱਪਰੀ ਨਹੀਂ ਲੱਗੀ ਭਗਤਾਂ ਦੇ ਜੀਵਨ 'ਚ ਵੀ ਐਵੇਂ ਨਹੀਂ ਹੋ ਸਕਦਾ। ਜਦੋਂ ਤੁਸੀਂ ਇਹਨੂੰ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ਦੇਖੋਗੇ ਔਰ ਪਰਮਾਤਮਾ ਦੇ ਬਿਰਧ ਤੋਂ, ਵੀ ਪਰਮਾਤਮਾ ਦਾ ਬਿਰਧ ਕੀ ਹੈ, ਪਰਮਾਤਮਾ ਆਪਣੇ ਭਗਤ ਦੇ ਬਿਰਧ ਦੀ ਪਾਲਣਾ ਕਰਨ ਵਾਸਤੇ, ਉਹਦੀ ਲਾਜ ਰੱਖਣ ਵਾਸਤੇ ਆਪਣਾ ਕੋਈ ਵੀ ਕਾਨੂੰਨ ਭੰਗ ਕਰ ਸਕਦਾ? ਇਹ ਗੁਰਬਾਣੀ 'ਚ ਹੈ ਜੀ, ਮੇਰੀ ਬਾਂਧੀ ਭਗਤ ਛਡਾਵੈ, ਬਾਂਧੀ ਭਗਤ ਨਾ ਛੁੱਟੈ ਮੋਹੇ। ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਕੋਈ ਮੈਂ ਕਾਨੂੰਨ ਬਣਾਇਆ, ਰੱਬ ਨੇ ਕੋਈ ਲਿਮਿਟ ਬਣਾਈ ਹੈ ਸਿਸਟਮ ਦੇ ਵਿੱਚ, ਕੋਈ ਹੁਕਮ ਉਹਦਾ ਚੱਲ ਰਿਹਾ। ਭਗਤ ਚਾਹੇ ਪਰਮਾਤਮਾ ਨੂੰ ਬੇਨਤੀ ਕਰਕੇ ਉਹ ਰੂਲ ਚੇਂਜ ਕਰਵਾ ਸਕਦਾ, ਔਰ ਭਗਤ ਦੀ ਕਿੱਡੀ ਸਮਰੱਥਾ ਹੈ। ਬਾਂਧੀ ਭਗਤ ਨਾ ਛੁੱਟੈ ਮੋਹੇ, ਵੀ ਭਗਤ ਕੋਈ ਵਚਨ ਕਰਦੇ ਅਤੇ ਲੋਕ ਮੈਨੂੰ ਅਰਦਾਸਾਂ ਕਰਨ ਵੀ ਮਹਾਰਾਜ ਉਸ ਭਗਤ ਦਾ ਵਚਨ ਤੋੜਦੇ, ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰੇ ਕੋਲ ਇਹ ਸਮਰੱਥਾ ਨਹੀਂ, ਮੈਂ ਨਹੀਂ ਕਰਨਾ, ਮੈਂ ਨਹੀਂ ਕਰ ਸਕਦਾ। ਭਗਤ ਦਾ ਐਡਾ ਵੱਡਾ ਰੁਤਬਾ ਹੈ ਜੀ ਗੁਰਬਾਣੀ 'ਚ। ਔਰ ਅਸੀਂ ਤਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਹੀ ਸਾਡੇ ਮਨਾਂ ਨੂੰ ਸ਼ੰਕਾ ਜੀ ਹੋਣ ਲੱਗ ਜਾਂਦੀ ਵੀ ਐਵੇਂ ਕਿਵੇਂ ਹੋ ਗਿਆ ਜੀ, ਐਵੇਂ ਕਿਵੇਂ ਹੋ। ਅਧਿਆਤਮ ਐਡਾ ਵੱਡਾ ਸੰਸਾਰ ਹੈ ਔਰ ਉਹ ਸਾਰਾ ਅਸਚਰਜ ਹੈ, ਵੰਡਰ ਦੀ ਦੁਨੀਆ ਹੈ ਉਹ, ਉਹ ਸਾਡੀ ਇਮੈਜੀਨੇਸ਼ਨ ਦੀ ਨਹੀਂ ਹੈਗੀ। ਇਮੈਜੀਨੇਸ਼ਨ ਅਕਲ ਦੀ ਦੁਨੀਆ ਬਹੁਤ ਛੋਟੀ ਹੈ, ਅਧਿਆਤਮ ਦਾ ਵੰਡਰ ਬੇਅੰਤ ਆ। ਉਹ ਤੁਹਾਨੂੰ ਸਮਾਧੀ 'ਚ ਲੈ ਜਾਂਦਾ। ਇਸ ਕਰਕੇ ਭਗਤ ਜਦੋਂ ਸਮਾਧੀ 'ਚ ਗਏ, ਕਈ ਕਈ ਲੰਮੇ ਸਮੇਂ ਤੱਕ ਉਹ ਬੈਠੇ ਰਹੇ। ਰਾਮਕ੍ਰਿਸ਼ਨ ਪਰਮਹੰਸ ਨਾ ਨਾਮ ਸੁਣਿਆ ਹੋਣਾ ਤੁਸੀਂ ਕਦੇ, ਹਿੰਦੂ ਸਨਾਤਨ ਧਰਮ ਦੇ ਵਿੱਚੋਂ ਕਾਲੀ ਦੇਵੀ ਦੇ ਉਹ ਪੁਜਾਰੀ ਸਨ। ਇੱਕ ਸਟੇਜ 'ਤੇ ਜਾ ਕੇ ਉਹਨੂੰ ਕਾਲੀ ਬਿਲਕੁਲ ਛੋਟੀ ਲੱਗਣ ਲੱਗ ਗਈ। ਉਹ ਕਹਿੰਦਾ ਵੀ ਇਹ ਤਾਂ ਇਹ ਕਿੱਡੀ ਕੁ ਸ਼ਕਤੀ ਹੈ, ਇਸ ਤੋਂ ਬਾਹਰ ਵੀ ਕੁਝ ਹੈਗਾ। ਕੋਈ ਉਹਨੂੰ ਉਹਨਾਂ ਨੂੰ ਸਾਧ ਮਿਲ ਗਿਆ ਬਹੁਤ ਤਪੱਸਿਆ ਵਾਲਾ। ਉਹਨਾਂ ਕਿਹਾ ਮੈਂ ਕਾਲੀ ਦਾ ਭਗਤ ਹਾਂ, ਮੈਨੂੰ ਬਸ ਇੰਨਾ ਹੀ ਐਕਸਪੀਰੀਅੰਸ ਹੋਇਆ, ਪਰ ਮੈਨੂੰ ਲੱਗਦਾ ਵੀ ਇੱਦੋਂ ਬਾਹਰ ਵੀ ਸੰਸਾਰ ਹੈ। ਉਸ ਮਹਾਂਪੁਰਸ਼ ਨੇ ਕਿਹਾ ਤੂੰ ਕੁਝ ਨਹੀਂ ਜਾਣਦਾ, ਇਸ ਤੋਂ ਬਹੁਤ ਬਾਹਰ ਬਹੁਤ ਵੱਡਾ ਵੰਡਰ ਹੈ, ਫਿਰ ਮੇਰੇ 'ਤੇ ਵੀ ਕਿਰਪਾ ਕਰੋ ਵੀ ਮੈਂ ਇਹਦੇ 'ਚੋਂ ਬਾਹਰ ਨਿਕਲਾਂ। ਉਹਨਾਂ ਨੇ ਫਿਰ ਯੁਗਤੀ ਦੱਸੀ, ਉਹਦਾ ਜਦੋਂ ਉਹ ਕੜ ਟੁੱਟਿਆ ਰਾਮਕ੍ਰਿਸ਼ਨ ਪਰਮਹੰਸ ਜੀ ਦਾ ਅੰਦਰੋਂ, ਉਹ ਦੇਵੀ ਚੇਤਨਾ ਵਾਲਾ, ਦੈਵੀ ਚੇਤਨਾ ਵਾਲਾ, 4 ਦਿਨ ਉਹ ਬੰਦਾ ਸਮਾਧੀ 'ਚੋਂ ਨਹੀਂ ਉੱਠਿਆ। ਕਈ ਕਈ ਦਿਨਾਂ ਦੀ ਉਹਨਾਂ ਦੀ ਲੰਮੀ ਸਮਾਧੀ ਸੀ, ਬਾਅਦ 'ਚ ਤਾਂ ਬਹੁਤ ਅਭਿਆਸ। ਸਿਰਫ ਇਹ ਸਾਧ ਸੰਗਤ ਜੀ ਗੱਲ ਇੰਨੀ ਕੁ ਆਪਾਂ ਸਮਝਣ ਦੀ ਕੋਸ਼ਿਸ਼ 'ਚ ਹਾਂ, ਮਹਾਰਾਜ ਜੀ ਦੀ ਹਜ਼ੂਰੀ 'ਚ ਵਿਚਾਰ ਰਹੇ ਹਾਂ ਵੀ ਗੁਰਬਾਣੀ ਦੇ ਵਿੱਚ ਜਦੋਂ ਮਹਾਰਾਜ ਕੋਈ ਗੱਲ ਕਰਦੇ ਨੇ, ਅਸੀਂ ਸਿਰਫ ਉਹਨੂੰ ਆਪਣੀ ਅਕਲ ਦੇ ਪੱਧਰ 'ਤੇ ਨਹੀਂ ਵੇਖੀ ਜਾਣਾ ਜਾਂ ਦਲੀਲਾਂ ਨਾਲ, ਤਰਕਾਂ ਨਾਲ, ਰੈਸ਼ਨਲੀ। ਇਹ ਬਹੁਤ ਛੋਟੀਆਂ ਚੀਜ਼ਾਂ ਹੁੰਦੀਆਂ ਨੇ, ਰੱਬ ਦਾ ਵੰਡਰ ਬਹੁਤ ਵੱਡਾ ਹੈ। ਗੁਰਬਾਣੀ 'ਚ ਨਾ ਮਹਾਰਾਜ ਸਾਡੇ ਜੀਵਨ ਦੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਉਹਦਾ ਵੰਡਰ ਦੀ ਜਦੋਂ ਗੱਲ ਕਰਦੇ ਨੇ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ, ਸਾਡੀ ਸਾਇੰਸ ਦਾ ਕੀ, ਅਕਲ ਕੀ ਕਹਿੰਦੀ ਹੈ ਵੀ ਮਾਂ ਬਾਪ ਦਾ ਸੰਯੋਗ ਹੋਇਆ, ਬੱਚਾ ਮਾਂ ਦੀ ਗਰਭ 'ਚ ਚਲਾ ਗਿਆ। ਗੁਰਬਾਣੀ ਕੀ ਕਹਿੰਦੀ ਹੈ, ਸੰਯੋਗ ਬਾਅਦ 'ਚ ਹੋਇਆ, ਪਰਮਾਤਮਾ ਦਾ ਹੁਕਮ ਪਹਿਲਾਂ ਆ ਗਿਆ।
ਹੁਣ ਕੀ ਕਰੋਗੇ? ਹੁਕਮ ਕੀ ਹੈ? ਉਹੀ ਵੰਡਰ ਹੈ, ਉਹਦੀ ਬਖਸ਼ਿਸ਼ ਹੈ, ਉਹੀ ਅਦਭੁਤ ਹੈ, ਉਹੀ ਅਸਚਰਜ ਹੈ। ਉਹਦੇ ਹੁਕਮ ਤੋਂ ਬਗੈਰ ਤੁਸੀਂ ਹਜ਼ਾਰਾਂ ਵਾਰੀ ਸੰਯੋਗ ਕਰੋ, ਹਾਂ ਕੁੱਖ 'ਚ ਬੱਚਾ ਨਹੀਂ ਜਾਂਦਾ, ਜਿੱਦਣ ਉਹਦੀ ਹੁਕਮ ਹੋਵੇ ਉੱਦਣ। ਤਾਂ ਸਾਹਿਬ ਕਹਿੰਦੇ ਨੇ, ਹੁਣ ਬਾਬਾ ਨਾਮਦੇਵ ਜੀ, ਇਹ ਸਿਰਫ ਗੱਲ ਇੰਨੀ ਕੁ ਸਮਝਣ ਵਾਸਤੇ ਸੀ ਸਾਧ ਸੰਗਤ ਜੀ, ਵੀ ਪਤਿਤ ਉਹ ਪਤਿਤਾਂ ਨੂੰ ਪਾਵਨ ਕਰਨ ਦਾ ਉਹਦਾ ਬਿਰਧ ਕਿੱਡਾ ਵੱਡਾ, ਔਰ ਆਪਣੇ ਭਗਤਾਂ ਦੀ ਉਹ ਕਿਵੇਂ ਲਾਜ ਰੱਖਦਾ। ਪਤਿਤ ਪਾਵਨ ਮਾਧੋ ਬਿਰਧ ਤੇਰਾ, ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ। ਹੁਣ ਭਗਤ ਨਾਮਦੇਵ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਤੁਹਾਡਾ ਬਿਰਧ ਪਤਿਤ ਪਾਵਨ ਹੈ, ਇਹ ਤੁਸੀਂ ਮੈਨੂੰ ਮਹਿਸੂਸ ਕਰਵਾਇਆ, ਅਨੁਭਵ ਕਰਵਾਇਆ, ਤੁਹਾਡਾ ਸ਼ੁਕਰਾਨਾ ਹੈ। ਹੁਣ ਕੀ ਹੈ? ਧਨ ਤੇ ਵੈ ਮੁਨ ਜਨ, ਉਹ ਮੁਨੀ ਜਨ ਜਿਨ੍ਹਾਂ ਨੇ ਤੈਨੂੰ ਧਿਆਇਆ, ਜਿਨ੍ਹਾਂ ਨੂੰ ਤੇਰਾ ਇਸ ਬਿਰਧ ਦਾ ਪਤਾ ਲੱਗਿਆ, ਔਰ ਉਹ ਤੇਰੀ ਸ਼ਰਨ 'ਚ ਆਏ ਔਰ ਤੇਰਾ ਉਹਨਾਂ ਨੇ ਨਾਮ ਜਪਿਆ ਹਰ ਪ੍ਰਭ ਮੇਰਾ। ਅੱਛਾ ਕਮਾਲ ਵੇਖੋ, ਭਗਤ ਨਾਮਦੇਵ ਜੀ ਕੀ ਕਹਿ ਰਹੇ ਨੇ, ਧਨ ਤੇ ਵੈ ਮੁਨ ਜਨ, ਉਹ ਮੁਨੀ ਜਨ ਰੱਬ ਦੇ ਪ੍ਰੇਮ ਵਾਲੇ ਧਨ ਨੇ, ਜਿਨ੍ਹਾਂ ਨੇ ਜਿਨ ਧਿਆਇਓ ਹਰ ਪ੍ਰਭ ਮੇਰਾ। ਰੱਬ ਕਿਹੜਾ ਕਿਹੜਾ ਧਿਆਇਆ ਉਹਨਾਂ ਨੇ? ਰੱਬ ਜਿਹੜਾ ਮੇਰਾ ਰੱਬ ਹੈ, ਜਿਹਦੀ ਆਈਡੈਂਟੀ ਅਸੀਂ ਮੇਰੇ ਕਰਕੇ ਕਰਵਾਉਂਦੇ ਹਾਂ ਨਾ। ਆਪਾਂ ਵੀ ਸਾਰੇ ਜਦੋਂ ਵੀ ਕੋਈ ਸਾਨੂੰ ਕੋਈ ਪੁੱਛੇ ਤੁਹਾਡੇ ਰਿਲੇਸ਼ਨਸ ਦਾ ਤੁਹਾਡੇ ਬਾਰੇ, ਤੁਸੀਂ ਉਹਦੀ ਮੈਂ ਕਰਕੇ ਆਈਡੈਂਟੀ ਕਰਵਾਉਂਦੇ ਹੋ, ਸਾਡੀ ਕਰਕੇ, ਮੇਰੀ ਕਰਕੇ। ਭਗਤ ਪਰਮਾਤਮਾ ਦੇ ਨਾਲ ਜਦੋਂ ਵੀ ਉਹਦੀ ਆਈਡੈਂਟੀ ਕਰਵਾਉਂਦਾ, ਉਦੋਂ ਕਹਿੰਦਾ ਵੀ ਉਹ ਮੇਰਾ। ਦੁਨੀਆਦਾਰਾਂ ਦੀ ਆਹੀ ਕਮੀ ਹੈ, ਮਤਲਬ ਇੱਥੇ ਅਸੀਂ ਛੋਟੇ ਰਹਿ ਜਾਂਦੇ ਹਾਂ। ਅਸੀਂ ਰੱਬ ਦੀ ਦਵੈਤ ਕਰਕੇ ਇੰਟਰੋਡਕਸ਼ਨ ਕਰਵਾਉਂਦੇ ਹਾਂ, ਮੇਰੇ ਕਰਕੇ ਨਹੀਂ। ਤਾਂ ਸਾਹਿਬ ਕਹਿੰਦੇ ਨੇ ਅੱਗੇ, ਭਗਤ ਨਾਮਦੇਵ ਜੀ ਮਹਾਰਾਜ, ਮੇਰਾ ਮਾਥੈ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ। ਇਹ ਰਹਾ ਉਹਦੀ ਪੰਕਤੀ, ਪਰਮਾਤਮਾ ਦੇ ਚਰਣਾਂ ਦੀ ਧੂੜ ਲੱਗ ਗਈ ਮੇਰੇ ਮੱਥੇ। ਭਗਤ ਨਾਮਦੇਵ ਜੀ ਕਹਿੰਦੇ ਨੇ, ਸੁਰ ਨਰ ਮੁਨ ਜਨ ਤਿੰਨਹੂੰ ਤੇ ਦੂਰ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਉਹ ਧੂੜ ਮੇਰੇ ਮੱਥੇ 'ਤੇ ਲੱਗੀ ਹੈ, ਜਿਹੜੀ ਧੂੜ ਨੂੰ ਚੋਟੀ ਦੇ ਮਨੁੱਖ, ਸੁਰ ਦੇਵਤੇ, ਮੁਨ ਮੁਨੀ, ਜਨ ਰੱਬੀ ਪ੍ਰੇਮ ਵਾਲੀਆਂ ਹਸਤੀਆਂ ਤਰਸਦੀਆਂ। ਇਹਨੂੰ ਕਹਿੰਦੇ ਨੇ ਪਤਿਤ ਪਾਵਨ ਬਿਰਧ, ਵੀ ਇੱਕ ਛੋਟੀ ਜਿਹਾ ਇਨਸਾਨ ਜਿਹਨੂੰ ਮੰਦਰ ਦੀਆਂ ਪੌੜੀਆਂ ਚੜ੍ਹਨ ਦੀ ਇਜਾਜ਼ਤ ਨਹੀਂ, ਪਰਮਾਤਮਾ ਜਦੋਂ ਉਹਦੇ ਵੱਲ ਆ ਕੇ ਖਲੋ ਗਿਆ। ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਬੜਾ ਪਿਆਰਾ, ਅਬ ਬਿਪਰ ਪ੍ਰਧਾਨ ਤੇ ਕਰ ਹੈ ਡੰਡੌਤ ਤੇਰੇ ਨਾਮ ਸਰਣਾਈ ਰਵਿਦਾਸ ਸਦਾਸਾ। ਭਗਤ ਰਵਿਦਾਸ ਜੀ ਦੀ ਬਾਣੀ 'ਚ ਵੀ ਬੜੀ ਸਿੱਧੀਆਂ ਗੱਲਾਂ ਨੇ, ਬੜੀਆਂ ਸਮਾਜ ਨੂੰ ਸਿੱਧੀ ਚੋਟ, ਵੀ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਲੋਕ ਆਪਣੇ ਨਾਲ ਬੈਠਣ ਨਹੀਂ ਦਿੰਦੇ, ਖਲੋਣ ਨਹੀਂ ਦਿੰਦੇ, ਜਿਨ੍ਹਾਂ ਦੀ ਛਾਂ ਪੈਣ ਦੇ ਨਾਲ ਉਹਨਾਂ ਨੂੰ ਲੱਗਦਾ ਵੀ ਉਹ ਭਿੱਟੇ ਗਏ ਨੇ, ਉਹ ਭ੍ਰਸ਼ਟ ਹੋ ਗਏ ਨੇ, ਦਾਤਿਆ ਤੂੰ ਰਹਿਮਤ ਕੀਤੀ, ਤੂੰ ਜਦੋਂ ਆ ਕੇ ਅੰਦਰ ਵੱਸ ਗਿਆ। ਭਗਤ ਰਵਿਦਾਸ ਜੀ ਕਹਿੰਦੇ ਨੇ, ਹੁਣ ਵੱਡੇ ਵੱਡੇ ਵਿਪਰ ਪ੍ਰਧਾਨ ਜਿਹੜੇ ਆਪਣੇ ਆਪ ਨੂੰ ਚੋਟੀ ਦੇ ਕਹਿੰਦੇ ਹਨ, ਆ ਕੇ ਪੈਰਾਂ 'ਤੇ ਡਿੱਗਦੇ ਨਹੀਂ, ਇਹ ਤੇਰੀ ਬਖਸ਼ਿਸ਼ ਹੈ। ਭਗਤ ਦੇ ਅੰਦਰ ਕਦੀ ਉਹ ਨਹੀਂ ਆਉਂਦਾ, ਅਹੰ ਨਹੀਂ ਆਉਂਦਾ, ਅੰਗ ਨੂੰ ਖਤਮ ਕਰਕੇ ਤਾਂ ਬੰਦਾ ਉੱਥੋਂ ਤੱਕ ਪਹੁੰਚਦਾ। ਤੋ ਮੇਰਾ ਮਾਥੈ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ। ਹੁਣ ਆ ਵੀ ਧੂੜ ਲੱਗਣ ਦਾ ਕੀ ਮਤਲਬ ਹੋਇਆ? ਆਪਾਂ ਵੀ ਚਰਨ ਧੂੜ, ਗੁਰਬਾਣੀ 'ਚ ਸਾਧ ਸੰਗਤ ਜੀ, ਜਿਹੜਾ ਕੋਈ ਵੀ ਲਫ਼ਜ਼ ਆਇਆ ਨਾ, ਉਹ ਫੇਕ ਨਹੀਂ ਹੈਗਾ, ਨਾ ਹੀ ਉਹ ਸਮਝਾਉਣ ਵਾਸਤੇ ਹੈ, ਸਿਰਫ ਕਿਤੇ ਕਦੀ ਮਨ 'ਚ ਵਹਿਮ ਰੱਖ ਲਓ ਵੀ ਧੂੜ ਕਿਹੜੀ ਹੁੰਦੀ ਹੈ। ਜਿੱਥੇ ਕਦਮ ਕੋਈ ਰੱਬੀ ਰੂਹ ਰੱਖ ਕੇ ਲੰਘ ਜਾਏ, ਜੇ ਕੋਈ ਓਡੀ ਡੈਡੀਕੇਸ਼ਨ ਨਾਲ ਉੱਥੇ ਮੱਥਾ ਟੇਕਦੇ, ਉਹਦੇ ਭਾਗ ਬਦਲ ਜਾਂਦੇ ਨੇ। ਇਹ ਲਕੀਰਾਂ ਬਦਲਣ ਦੀ ਤਾਕਤ ਰੱਖਦੀ ਹੁੰਦੀ ਹੈ। ਆਪਾਂ ਜਿਹੜੇ ਨਾ ਆਮ ਹੀ ਦੇਖਿਆ ਨਾ, ਲੋਕ
ਪਤਾ ਤਾਂ ਹੁੰਦਾ ਨਹੀਂ ਵੀ ਇਹ ਸਾਧ ਹੈਗੇ ਨੇ ਕਿ ਨਹੀਂ, ਪਰ ਆਪਾਂ ਸਾਰਿਆਂ ਨੇ ਦੇਖਿਆ ਜ਼ਰੂਰ ਹੈ ਵੀ ਲੋਕ ਉਹਨਾਂ ਦੇ ਕਦਮਾਂ 'ਤੇ ਡਿੱਗਦੇ ਨੇ, ਉਹਨਾਂ ਨੂੰ ਮੱਥੇ ਟੇਕਦੇ ਨੇ, ਜਿੱਥੋਂ ਲੰਘਦੇ ਨੇ ਉੱਥੋਂ ਐਵੇਂ ਥੱਲਿਓਂ ਧੂੜ ਲਾ ਕੇ ਐਵੇਂ ਲਾਉਂਦੇ। ਜੇ ਕੋਈ ਹਸਤੀ ਓਡੀ ਵੱਡੀ ਹੋਵੇ ਤਾਂ ਓਡੀ ਡੈਡੀਕੇਸ਼ਨ ਨਾਲ ਕੋਈ ਉੱਥੇ ਸਮਰਪਿਤ ਹੋ ਜਾਵੇ ਉਹਦੇ ਬਦਲ ਜਾਣੇ। ਔਰ ਜਦੋਂ ਕਰਮ ਬਦਲੇਗਾ ਇਹ ਨਹੀਂ ਵੀ ਕਾਰਾਂ ਮਿਲ ਗਈਆਂ ਕੋਠੀਆਂ ਮਿਲ ਗਈਆਂ, ਕਰਮ ਬਦਲਣ ਦਾ ਮਤਲਬ ਹੈ ਰੱਬ ਨਾਲ ਪ੍ਰੀਤ ਬਣੇਗੀ। ਜੇ ਕਿਸੇ ਸਾਧੂ ਦੇ ਤੁਸੀਂ ਨਮਸਕਾਰ ਕੀਤੀ ਹੈ ਤਾਂ ਤੁਹਾਡੇ ਅੰਦਰ ਮਨ ਦੇ ਅੰਦਰ ਪਰਮਾਤਮਾ ਦੀ ਪ੍ਰੀਤ ਦੇ ਨਾਲ ਸਨੇਹ ਬਣ ਗਿਆ, ਸਾਂਝ ਬਣ ਗਈ, ਉਹਦੇ ਪਿਆਰ ਵਧਣ ਲੱਗ ਗਿਆ, ਸਮਝੋ ਵੀ ਕੋਈ ਰੱਬ ਦੀ ਬੰਦਗੀ ਵਾਲੀ ਜੀ ਦੇ ਦਰਸ਼ਨ ਹੋ ਗਏ। ਅਤੇ ਜੇ ਉਹੀ ਵੀ ਮੈਨੂੰ ਕਾਰ ਮਿਲ ਗਈ, ਘਰ ਮਿਲ ਗਿਆ, ਕੋਠੀ ਮਿਲ ਗਈ, ਫਲਾਣਾ ਹੋ ਗਿਆ ਟਿਮ, ਫਿਰ ਸਮਝੋ ਵੀ ਉਹ ਵੀ ਦੁਨੀਆਦਾਰੀ ਨੇ, ਹਾਲੇ ਐਡੀ ਵੱਡੀ ਤਾਕਤ ਦੇ ਮਾਲਕ। ਜਿਹੜਾ ਜਿੱਡੀ ਵੱਡੀ ਤਾਕਤ ਦਾ ਮਾਲਕ ਹੋਵੇ ਨਾ ਉਹਦੇ ਤੋਂ ਉਹ ਚੀਜ਼ ਮੰਗੀ ਦੀ ਹੈ ਔਰ ਉਹਨੂੰ ਵੀ ਚੰਗਾ ਲੱਗਦਾ। ਜਿਹਦੀ ਤਾਕਤ ਸਮਰੱਥਾ ਬਹੁਤ ਜ਼ਿਆਦਾ ਹੋਵੇ ਤੁਸੀਂ ਜਾ ਕੇ ਉਹਦੇ ਤੋਂ ਘਾਹ ਦੀ ਪੰਡ ਮੰਗੋ, ਅਗਲੇ ਦੀ ਬੇਇੱਜ਼ਤੀ ਹੋ ਜਾਂਦੀ। ਤੋ ਬਾਬਾ ਜੀ ਕਹਿੰਦੇ ਨੇ ਮੇਰੇ ਮਾਥੇ ਲਾਗੀਲੇ ਤੂਰ ਗੋਬਿੰਦ ਚਰਨਨ ਕੀ, ਰੱਬ ਦੇ ਚਰਣਾਂ ਦੇ ਵਿੱਚ ਨਮਸਕਾਰ ਹੋ ਗਈ, ਯਾਨੀ ਉਹਨੇ ਬਖਸ਼ਿਸ਼ ਕਰ ਦਿੱਤੀ। ਸੁਰ ਨਰ ਮੁਨ ਜਨ ਤਿੰਨਹੂੰ ਤੇ ਦੂਰ, ਜਿਹਨੂੰ ਵੱਡੇ ਵੱਡੇ ਦੈਵੀ ਪੁਰਖ, ਧਰਤੀ ਦੇ ਵੱਡੇ ਮਨੁੱਖ, ਮੁਨੀ, ਰੱਬ ਦੀ ਬੰਦਗੀ ਵਾਲੇ ਲੋਕ ਜਿਹੜੇ ਉਸ ਰਾਹ 'ਤੇ ਤੁਰੇ ਹੋਏ ਨੇ ਉਹ ਵੀ ਲੋਚਦੇ ਨੇ। ਰਹਾਓ ਦੀਨ ਕਾ ਦਿਆਲ ਮਾਧੋ ਗਰਭ ਪ੍ਰਹਾਰੀ। ਹੁਣ ਭਗਤ ਜਿਵੇਂ ਕਿੱਡੇ ਕਮਾਲ ਦੀ ਗੱਲ ਕਰਦੇ ਨੇ ਵੀ ਉਹ ਕਿਵੇਂ ਕਰਦਾ ਰਹਿਮਤ, ਪਤਿਤਾਂ ਨੂੰ ਪਾਵਨ ਕਿਵੇਂ ਕਰ ਦਿੰਦਾ। ਉਹ ਦੀਨਾਂ ਦੇ ਉੱਤੇ ਦਇਆ ਕਰਨ ਵਾਲਾ ਹੈ। ਦੀਨ ਕਾ ਦਿਆਲ ਮਾਧੋ, ਮਾਧੋ ਮਤਲਬ ਮਾਲਕ, ਗਰਭ ਪ੍ਰਹਾਰੀ ਅੰਦਰੋਂ ਅਹੰਕਾਰ ਨੂੰ ਤੋੜ ਸੱਟ ਮਾਰਦਾ। ਆ ਜਿਹੜੀ ਆਪਾਂ ਅੱਗੇ ਗੱਲ ਕਰਦੇ ਸੀ ਨਾ ਮਹਾਰਾਜ ਜੀ ਦੀ ਰਹਿਮਤ ਦੇ ਨਾਲ ਵੀ ਸਾਧੂ ਕੋਈ ਸੱਚੀ ਮੁੱਚੀ ਬੰਦਗੀ ਵਾਲਾ ਮਿਲ ਜਾਏ ਨਾ ਕਦੀ ਜ਼ਿੰਦਗੀ 'ਚ ਸਾਧ ਸੰਗਤ 'ਚ, ਘਰ ਦੇ ਵਿੱਚ ਧਨ ਪਦਾਰਥ ਆਏ ਨਾ ਆਏ ਉਹਦੀ ਪਤਾ ਨਹੀਂ ਵੀ ਕੀ ਹੋ ਜੂਗਾ, ਪਰ ਘਰ ਦੇ ਵਿੱਚ ਬੰਦਗੀ ਆ ਜਾਏਗੀ, ਇਹ ਗਰੰਟੀ। ਅਤੇ ਜੇ ਸਿਰਫ ਧਨ ਪਦਾਰਥ ਤੱਕ ਹੀ ਹਾਲੇ ਸਭ ਕੰਮ ਸੀਮਿਤ ਚੱਲਿਆ ਜਾਂਦਾ ਫਿਰ ਸਮਝੋ ਵੀ ਹਾਲੇ ਉਹ ਐਡੀ ਕੋ ਵੱਡੀ ਹਸਤੀ ਦੇ ਦਰਸ਼ਨ ਹੋਏ ਨਹੀਂ ਸਾਨੂੰ। ਤੋ ਦੀਨ ਕਾ ਦਿਆਲ ਮਾਧੋ ਗਰਭ ਪ੍ਰਹਾਰੀ, ਸਾਧੂ ਵੀ ਜਦੋਂ ਕਿਸੇ 'ਤੇ ਰਹਿਮਤ ਕਰਦੇ ਨਾ ਉਹਦੇ ਅੰਦਰੋਂ ਅਹੰਗ ਦੀ ਕੰਧ ਤੋੜਦਾ। ਕਿਉਂ? ਹਉਮੈ ਨਾਵੈ ਨਾਲ ਵਿਰੋਧ ਹੈ, ਰੱਬ ਦੀ ਬੰਦਗੀ ਉੱਥੇ ਆਉਂਦੀ ਹੀ ਨਹੀਂ ਜਿੱਥੇ ਪਹਿਲਾਂ ਹੀ ਅਹੰਗ ਬੈਠਾ ਹੈ। ਜਦੋਂ ਉਹ ਅਹੰਗ ਦੀ ਕੰਧ ਟੁੱਟੇ ਰੱਬ ਦੀ ਬੰਦਗੀ ਐਂਟਰੀ ਉੱਥੇ ਕਰਦੀ। ਇਹ ਦੋਵੇਂ ਚੀਜ਼ਾਂ ਵਿਰੋਧੀ ਨੇ ਆਪਸ 'ਚ, ਪਰ ਸਾਡੇ ਕੋਲ ਦੋਵੇਂ ਅਸੀਂ ਇਕੱਠੀਆਂ ਰੱਖਣੀਆਂ ਚਾਹੁੰਦੇ ਹਾਂ। ਬੜੀ ਵਾਰੀ ਨਾ ਮਨ ਨੂੰ ਆਪ ਨੂੰ ਵੀ ਹੈਰਾਨੀ ਹੁੰਦੀ ਹੈ, ਆਪਣੇ ਮਨ ਨੂੰ ਹੀ ਆਪਾਂ ਉਹ ਸਿੱਖ ਜਿਹੜਾ ਉਹਨੇ ਆਪਣੇ ਮਨ ਨਾਲ ਹੀ ਲੜਨਾ, ਹੋਰ ਕੁਝ ਨਹੀਂ। ਆਪਣੇ ਮਨ ਨੂੰ ਹੀ ਕਹੀ ਜਾਈਦਾ ਹੁੰਦਾ ਵੀ ਜੇ ਮਹਾਰਾਜ ਕਹਿੰਦੇ ਨੇ ਵੀ ਇਹ ਦੋਵੇਂ ਇਕੱਠੀਆਂ ਨਹੀਂ ਰਹਿੰਦੀਆਂ, ਅਸੀਂ ਉਹਦੇ ਅੱਗੇ ਆ ਕੇ ਉਹੀ ਹੱਥ ਜੋੜਦੇ ਹਾਂ ਵੀ ਬਾਬਾ ਇਹ ਦੋਵੇਂ ਇਕੱਠੀਆਂ ਦੇ ਦੇਵੇ ਅੰਦਰ ਬਹਿ ਜਾਣ। ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਦੋਵੇਂ ਇਕੱਠੀਆਂ ਨਹੀਂ ਰਹਿੰਦੀਆਂ, ਇਹਨਾਂ ਦੀ ਆਪਸ 'ਚ ਨਹੀਂ ਬਣਦੀ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਵਸੈ ਇੱਕ ਠਾਈ, ਭਗਤਾਂ ਅਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਓ, ਇਹਨਾਂ ਦੀ ਆਪਸ 'ਚ ਬਣਦੀ ਨਹੀਂ। ਦੀਨ ਕਾ ਦਿਆਲ ਮਾਧੋ ਗਰਭ ਪ੍ਰਹਾਰੀ, ਪਰਮਾਤਮਾ ਜਦੋਂ ਬਖਸ਼ਿਸ਼ ਕਰਦਾ ਅਹੰਕਾਰ ਦਾ ਅੰਦਰੋਂ ਕੰਧ ਤੋੜ ਦਿੰਦਾ। ਚਰਨ ਸਰਨ ਨਾਮਾ ਬਲ ਤਿਹਾਰੀ, ਸੱਚੇ ਪਾਤਸ਼ਾਹ ਇਸ ਕਰਕੇ ਮੈਂ ਤੇਰੇ ਤੋਂ ਬਲਿਹਾਰ ਜਾਂਦਾ। ਭਗਤ ਨਾਮਦੇਵ ਜੀ ਵੇਖੋ ਵੀ ਮਹਾਰਾਜ ਮਾਧੋ ਹੇ ਅਕਾਲ ਪੁਰਖ, ਮੈਂ ਤੇਰੇ ਤੋਂ ਇਸ ਕਰਕੇ ਬਲਿਹਾਰ ਜਾਂਦਾ, ਤੂੰ ਮੇਰੇ ਅੰਦਰੋਂ ਅਹੰਗ ਦੀ ਉਹ ਕੰਧ ਤੋੜ ਦਿੱਤੀ ਔਰ ਮੈਂ ਤੇਰੇ ਚਰਨਾਂ ਦੀ ਧੂੜ ਦੇ ਲਾਇਕ ਹੋ ਗਿਆ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਵਾਰ ਵਾਰ ਸਾਧ ਸੰਗਤ ਜੀ ਪਰਮਾਤਮਾ ਦੀ ਬੰਦਗੀ ਵੱਲ ਪ੍ਰੇਰਦੀ ਹੈ, ਚੰਗੇ ਪੁਰਖਾਂ ਦੀ ਸੰਗਤ ਵੱਲ ਪ੍ਰੇਰਦੀ ਹੈ। ਔਰ ਮਹਾਰਾਜ ਕਹਿੰਦੇ ਨੇ ਉੱਥੇ ਹੀ ਉਧਾਰ ਹੈ ਸਿੱਖ ਦਾ। ਫਿਰ ਜਾਂ ਅਸੀਂ ਵੀ ਜਿਹੜੇ ਹਾਂ ਹਾਲੇ ਨਲਾਇਕ ਹਾਂ, ਜਿੰਨੇ ਵੀ
ਵੀ ਸਾਡੇ ਕੋਲ ਹਾਲੇ ਕੋਈ ਸਮਰੱਥਾ ਨਹੀਂ, ਮੈਲੇ ਅੰਦਰੋਂ ਵੀ ਖੋਟੇ ਹਾਂ। ਤੋ ਸਾਨੂੰ ਜੇ ਮਹਾਰਾਜ ਵਾਰ ਵਾਰ ਆਪਣੇ ਕੋਲ ਲੈ ਆਉਂਦੇ ਨੇ, ਕਈ ਵਾਰੀ ਮਨ ਨੂੰ ਹੈਰਾਨੀ ਤਾਂ ਹੁੰਦੀ ਹੈ ਪਰ ਚੰਗਾ ਲੱਗਦਾ ਵੀ ਸੱਚੇ ਪਾਤਸ਼ਾਹ ਸਾਨੂੰ ਮੈਲਿਆਂ ਨੂੰ ਵੀ ਤੂੰ ਆਪਣੇ ਕੋਲ ਲੈ ਆ, ਹੁਣ ਇਹਦੇ ਤੋਂ ਇਹ ਤਾਂ ਸਪੱਸ਼ਟ ਹੈ ਵੀ ਤੂੰ ਵਾਕਈ ਦਇਆ ਕਰਨ ਵਾਲਾ। ਪਰ ਇੱਥੇ ਨਹੀਂ ਖਲੋਣਾ, ਤੁਸੀਂ ਰਹਿਮਤ ਕਰੋ, ਜਿਹੜਾ ਤੂੰ ਰਾਹ ਬਣਾਇਆ ਸਾਨੂੰ ਉਸ ਉਂਗਲ ਲਾ ਕੇ ਹੁਣ ਉੱਥੇ ਅੱਗੇ ਵੀ ਲੈ ਜਾ, ਆਪ ਹੀ ਲੈ ਜਾ, ਸਾਡੀ ਸਮਰੱਥਾ ਨਹੀਂ ਹੈ। ਇਸ ਕਰਕੇ ਜਦੋਂ ਐਵੇਂ ਦੀ ਅਰਦਾਸ ਕਰਨ ਦੀ ਸੱਚੇ ਪਾਤਸ਼ਾਹ ਚੇਤਨਾ ਬਖਸ਼ਿਸ਼ ਕਰ ਦੇਣ, ਤਾਂ ਉਹਦਾ ਬਿਰਧੀ ਹੈ ਉਹ ਆਪ ਹੀ ਦਾਤਾਂ ਫਿਰ ਝੋਲੀ ਪਾ ਦਿੰਦਾ। ਔਰ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਵੀ ਬਸ ਫਿਰ ਜਿੱਥੋਂ ਉਹ ਮਨ ਦੇ ਵਿੱਚ ਉਹਦੇ ਪਿਆਰ ਦੀ ਲਗਨ ਲੱਗ ਜਾਏ ਫਿਰ ਹੋਰ ਕੋਈ ਚੰਗਾ ਲੱਗਦਾ ਨਹੀਂ, ਫਿਰ ਉਹੀ ਚੰਗਾ ਲੱਗਦਾ। ਔਰ ਜਦੋਂ ਸਭ ਤੋਂ ਵੱਡੀ ਹਸਤੀ ਹੀ ਚੰਗੀ ਲੱਗਣ ਲੱਗ ਗਈ, ਉਹਦੇ ਨਾਲ ਹੀ ਪਿਆਰ ਹੋ ਗਿਆ, ਫਿਰ ਆ ਛੋਟੀਆਂ ਮੋਟੀਆਂ ਚੀਜ਼ਾਂ ਦੇ ਪਿੱਛੇ ਖੁਆਰੀ ਮਨੁੱਖ ਦੀ ਹੁੰਦੀ ਨਹੀਂ। ਔਰ ਜਿੰਨਾ ਚਿਰ ਤੱਕ ਖੁਆਰ ਹੋਣਾ ਫਿਰ ਆਪਣੀ ਸਮਰੱਥਾ ਵੀ ਹੋਈ ਚਲੋ। ਪਰ ਮਹਾਰਾਜ ਜੀ ਦੇ ਅੱਗੇ ਅਸੀਂ ਇਹੀ ਬੇਨਤੀ ਕਰਨੀ ਹੈ, ਕਿਰਪਾਲੂ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਵਾਰ ਵਾਰ ਖਿੱਚ ਖਿੱਚ ਕੇ ਆਪਣੀ ਹਜ਼ੂਰੀ 'ਚ ਲੈ ਆਉਂਦੇ ਨੇ, ਬਾਣੀ ਨਾਲ ਜੋੜਦੇ ਨੇ, ਸਾਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ, ਰਾਹ ਵਿਖਾਉਂਦੇ ਨੇ। ਕਿਰਪਾਲੂ ਪਾਤਸ਼ਾਹ ਜੀ ਆਪ ਹੀ ਦਇਆ ਕਰਨ, ਇਸ ਰਾਹ ਦੇ ਉੱਤੇ ਚਰਨ ਤੁਰੇ ਰਹਿਣ ਦਾ ਸਾਡੇ ਅੰਦਰ ਚਾਅ ਸ਼ਿਖਰ ਦਾ ਬਣ ਜਾਵੇ। ਐਸੀ ਦਾਤ ਕਿਰਪਾਲੂ ਪਾਤਸ਼ਾਹ ਜੀ ਸਾਰਿਆਂ ਦੀ ਝੋਲੀ ਪਾਉਣ। ਭੁੱਲ ਚੁੱਕ ਦੀ ਖਿਮਾ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾਲੂ ਜੀ ਕਾ ਬੇਅੰਤ ਸ਼ੁਕਰ, ਭੁੱਲ ਚੁੱਕ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।